ਤੂੰ ਗੁੜ ਤੇ ਮੈਂ ਪੱਤੀ, ਜੋੜੀ ਚਾਹ ਵਾਂਗੂ ਪੱਕੀ, ਬਾਪੂ ਪਾਈ ਬੇਟਾ ਪੰਗੇ, ਪੈਸਾ 10 ਲੱਖ ਮੰਗੇ, ਮੇਰਾ ਫਿਕਰਾਂ ਚ ਲੰਘੇ ਹਰ ਇੱਕ ਸਾਨੀ ਕੁੜੀਏ। ਫਿਲਮ ਨਹੀਂ ਮੈਂ ਹਮ ਆਪਕੇ ਹੈ ਕੌਣ ਫਿਲਮ ਦੇਖਿਓ ਨੀ, ਇਹ ਉਹਨੂੰ ਵੀ ਫਿਲਮ ਕੱਟੇਗੀ, ਕਿਉਂਕਿ ਇਹਦੇ ਵਿੱਚ ਤੁਹਾਡਾ ਵੀਰ ਨੀਟੂ ਸ਼ਟਰਾਂ ਵਾਲਾ ਖੁਦ ਔਰ ਬਹੁਤ ਵਧੀਆ ਰੋਲ ਕਰ ਰਿਹਾ। ਸੋ ਬਚ ਕੇ ਰਹੀ ਤੂੰ ਬਚ ਕੇ ਦਿੱਲੀਏ, ਇਹਨਾਂ ਗਰਮ ਖਿਆਲੀਆਂ ਤੋਂ। ਧੰਨਵਾਦ। ਚੋਣ ਨਿਸ਼ਾਨ ਕੀ ਆ ਬਾਈ ਆਪਣਾ? ਚੋਣ ਨਿਸ਼ਾਨ ਪੈਟਰੋਲ ਪੰਪ ਆ, ਸਾਰੇ ਜਣੇ ਆਓ ਪੈਟਰੋਲ ਪੰਪ ਤੇ ਮੋਹਰਾਂ ਲਾਓ ਤੇ ਪੈਟਰੋਲ ਨੂੰ ਪਾਓ। ਸਤਿ ਸ਼੍ਰੀ ਅਕਾਲ ਜੀ, ਫਰਾਈਵਰ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ। ਸੋ ਸਿਨੇਮਾ ਸੱਸ ਕੁੱਟਣੀ 2 ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਤੇ ਨੀਡੂ ਬਾਈ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਆ? ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਜਿਹੜੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ, ਜਿਵੇਂ ਕਿ ਸੋ ਟੇਲਰ ਚੱਲਿਆ ਤੇ ਬੜਾ ਮਜ਼ਾ ਆਇਆ। ਟੇਲਰ ਦੇ ਵਿੱਚ ਵੀ ਬਹੁਤ ਐਂਡ ਹੋਈ ਹੈ ਤੇ ਰੱਬ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਸ ਫਿਲਮ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਔਰ ਫਿਲਮ ਨਹੀਂ ਮੈਂ ਹਮ ਆਪਕੇ ਹੈ ਕੌਣ ਫਿਲਮ ਦੇਖਿਓ ਨੀ, ਇਹ ਉਹਨੂੰ ਵੀ ਫਿਲਮ ਕੱਟੇਗੀ, ਕਿਉਂਕਿ ਇਹਦੇ ਵਿੱਚ ਤੁਹਾਡਾ ਵੀਰ ਨੀਟੂ ਸ਼ਟਰਾਂ ਵਾਲਾ ਖੁਦ ਔਰ ਬਹੁਤ ਵਧੀਆ ਰੋਲ ਕਰ ਰਿਹਾ। ਸੋ ਮੰਤਰੀ ਦਾ ਰੋਲ ਕਰ ਰਿਹਾ ਜੀ, ਸਾਰਿਆਂ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਤੁਹਾਡਾ ਰੋਲ ਬਈ ਕਿੱਦਾਂ ਦਾ ਆ ਰਿਹਾ ਇਸ ਫਿਲਮ ਦੇ ਵਿੱਚ? ਇਸ ਫਿਲਮ ਬਹੁਤ ਵਧੀਆ ਰੋਲ ਆ, ਬੜਾ ਘੈਂਟ ਰੋਲ ਆ ਤੇ ਮੈਂ ਮੇਨ ਮਤਲਬ ਕਿ 15 ਮਿੰਟ ਦਾ ਮੇਰਾ ਰੋਲ ਹੈਗਾ ਜੀ। ਅੱਛਾ ਜੀ, ਤੇ ਮਤਲਬ ਕਿਸ ਤਰ੍ਹਾਂ ਦਾ ਕਰੈਕਟਰ ਹੈ ਉਹ? ਜਿੱਦਾਂ ਕਿ ਮੈਂ ਮੰਤਰੀ ਹੁੰਦੇ ਆ, MLA MP ਇਦਾਂ ਦਾ ਰੋਲ ਆ ਮੇਰਾ। ਰੀਅਲ ਲਾਈਫ ਦੇ ਨਾਲ ਰਿਲੇਟਡ ਹੀ ਹੋਣ ਵਾਲਾ, ਹੁਣ ਅਸਲੀ ਹੋ ਗਿਆ ਜੀ, ਹੁਣ ਅਸਲੀ ਹੋ ਗਿਆ। ਖੁਸ਼ੀ ਆ ਇਸ ਚੀਜ਼ ਦੀਆਂ ਜੀ, ਵੀ ਮੈਂ ਤੇ ਹਮੇਸ਼ਾ ਹੀ ਗਾਣਾ ਗਾਉਣਾ। ਇੱਕ ਫਿਲਮ ਤੁਹਾਡੀ ਹੋਰ ਵੀ ਹੈ, ਹਾਂਜੀ ਹਾਂਜੀ, ਕਵਾੜੀ ਫਿਲਮ ਹੋ ਰਹੀ, ਉਹਦੇ ਵਿੱਚ ਗਾਣਾ ਵਾ, ਤੂੰ ਗੁੜ ਤੇ ਮੈਂ ਪੱਤੀ, ਜੋੜੀ ਚਾਹ ਵਾਂਗੂ ਪੱਕੀ, ਬਾਪੂ ਪਾਈ ਬੇਟਾ ਪੰਗੇ, ਪੈਸਾ 10 ਲੱਖ ਮੰਗੇ, ਮੇਰਾ ਫਿਕਰਾਂ ਚ ਲੰਘੇ ਹਰ ਇੱਕ ਸਾਨੀ ਕੁੜੀਏ, ਪੈਸੇ ਤੇ ਲਿਖਦਾ ਨੀ ਹੁੰਦਾ ਇੰਤਜ਼ਾਮ ਨੀ ਕੁੜੀਏ, ਪੈਸਾ ਦੱਬ ਕੇ ਮੈਂ ਕਮਾਵਾਂ, ਤੈਨੂੰ ਸ਼ੋਪਿੰਗ ਕਰਾਵਾਂ, ਤੈਨੂੰ ਫਿਲਮ ਦਿਖਾਵਾਂ, ਉੱਤੋਂ ਠੰਡ ਨਾਲ ਹੋ ਗਿਆ ਜ਼ੁਕਾਮ ਨੀ ਕੁੜੀਏ, ਪੈਸੇ ਤੇ ਲਿਖਦਾ ਨੀ ਹੁੰਦਾ ਇੰਤਜ਼ਾਮ ਨੀ ਕੁੜੀਏ। ਸੋ ਫਿਲਮ ਨੀ ਮੈਂ ਸੱਸ ਕੁੱਟਣੀ ਪਾਰਟ 2 ਫਿਲਮ ਜ਼ਰੂਰ ਦੇਖੋ, ਇਹਦੇ ਲਾਈਕ ਸ਼ੇਅਰ ਕਮੈਂਟ ਕਰਿਓ। ਬੜੀ ਮਿਹਨਤ ਲੱਗੀ ਸਾਡੀ, ਜਿੰਨੀ ਤੁਸੀਂ ਕਹਿ ਲਓ ਉਨੀ ਥੋੜ੍ਹੀ ਹੈ ਬਸ ਭਾਜੀ। ਬਿਲਕੁਲ, ਤੇ ਇਹ ਬਾਈ ਜਿਹੜੇ ਤੁਸੀਂ ਗਾਣੇ ਲਿਖਦੇ ਹੋ ਇਹਨਾਂ ਤੇ ਵੀ ਇੰਨੀ ਮਿਹਨਤ ਲੱਗਦੀ ਹੈ ਬਾਈ, ਜਿਹੜੇ ਹਿਸਾਬ ਨਾਲ ਤੁਸੀਂ ਲਿਖਦੇ ਹੋ। DGP ਪੰਜਾਬ ਦਾ ਸ਼ੈਰੋ ਅਤੇ ਭਾਰਤ ਦਾ ਹੁੰਦੀ ਹੈ ਜਨਾਬ ਦਾ, DGP ਪੰਜਾਬ ਦਾ ਕਰਤਾ ਹੈ ਜਿਹੜਾ ਬੰਦਾ ਖੱਪ ਬੱਲੀਏ, ਨਿਕਾਲਤਾ ਹੈ ਉਸ ਕੇ ਵੱਟ ਬੱਲੀਏ, ਵੈਰੀਆਂ ਨੂੰ ਦਿੰਦਾ ਜੜੋ ਪੱਟ ਬੱਲੀਏ, ਉਹ DGP ਪੰਜਾਬ ਦਾ ਉਹ ਬੱਲੇ, DGP ਪੰਜਾਬ ਦਾ ਸ਼ੈਰੋ ਅਤੇ ਭਾਰਤ ਦਾ ਹੁੰਦੀ ਹੈ ਜਨਾਬ ਦਾ, DGP ਪੰਜਾਬ ਦਾ। ਅੱਛਾ ਬਈ, ਇਹ ਗੈਟਅਪ ਦਾ ਕੀ ਰਾਜ਼ ਆ? ਮਤਲਬ ਇਹ ਗੈਟਅਪ ਤੇ ਮੈਂ ਵੋਟਾਂ ਮੰਗਦਾ, ਮੇਰੇ ਤੋਂ ਪੈਸੇ ਹੈ ਨਹੀਂ ਇਹਨੇ, ਪਰ ਲੋਕੀ ਆਪਣੀ ਪ੍ਰਮੋਸ਼ਨਾਂ ਕਰਦੇ, ਮੈਂ ਆਪਣੀ ਪ੍ਰਮੋਸ਼ਨ ਆਪਣੀ ਖੁਦ ਹੀ ਕਰ ਲੈਂਦਾ ਜੀ। ਲੋਕੀ ਕਹਿੰਦੇ ਤਾਂ ਸ਼ਰਮੀ ਆਉਂਦੀ, ਲੋਕੀ ਜਿਹੜੇ ਪੱਟੇ ਪਾਉਂਦੇ ਆ ਪਾਰਟੀਆਂ ਦੇ ਗੱਲ 'ਚ, ਉਹਨਾਂ ਨੂੰ ਨਹੀਂ ਸ਼ਰਮ ਆਉਂਦੀ ਅਤੇ ਮੈਨੂੰ ਕਿਉਂ ਆਵੇ ਭਾਅ ਜੀ? ਬਿਲਕੁਲ। ਸੋ ਗਾਣਾ ਇੱਕ ਹੈ, ਬਚ ਕੇ ਰਹੀ ਦਿਲ ਬਚ ਕੇ ਰਹੀ ਤੂੰ ਬਚ ਕੇ ਦਿੱਲੀਏ, ਇਹਨਾਂ ਗਰਮ ਖਿਆਲੀਆਂ ਤੋਂ, ਮੇਰੇ ਬਾਰੇ ਪੁੱਛ ਲਵੀ ਤੂੰ ਇਹਨਾਂ ਬਜ਼ਾਨੀਆਂ ਤੋਂ, ਸ਼ੁਰੂ ਤੋਂ ਹੀ ਪੁੱਠਾ ਸਾਡਾ ਏ ਹਸਾਬ ਕਹਿੰਦੇ ਆ, ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ, ਉਹ ਦਿੱਲੀ ਨੂੰ ਦੱਬ ਲੈਂਦੇ ਇਹਨੂੰ ਜਨਾਬ ਕਹਿੰਦੇ। ਆਪਾਂ ਵੋਟਾਂ ਦੇ ਖੜੇ ਜੀ, ਜਿੱਤ ਕੇ ਦਿਖਾਵਾਂਗੇ ਫਿਰ ਅਸੀਂ ਦੱਬਾਂਗੇ ਦਿੱਲੀ ਨੂੰ। ਧੰਨਵਾਦ। ਚੋਣ ਨਿਸ਼ਾਨ ਕੀ ਆ ਬਾਈ ਆਪਣਾ? ਚੋਣ ਨਿਸ਼ਾਨ ਪੈਟਰੋਲ ਪੰਪ ਆ, ਸਾਰੇ ਜਣੇ ਆਓ ਪੈਟਰੋਲ ਪੰਪ ਤੇ ਮੋਹਰਾਂ ਲਾਓ ਤੇ ਪੈਟਰੋਲ ਨੂੰ ਪਾਓ, ਫਿਰ ਤੁਹਾਨੂੰ ਪੈਟਰੋਲ ਸਸਤਾ ਦਿੱਤਾ ਜਾਏਗਾ। ਸਾਡੇ ਗੁਰਪ੍ਰੀਤ ਭਾਜੀ ਐਡਵੋਕੇਟ, ਉਹਨਾਂ ਦਾ ਚੋਰ ਨਿਸ਼ਾਨ ਹਾਕੀ ਬਾਲ, ਮੇਰੀ ਵਾਈਫ ਦਾ ਚੋਰ ਨਿਸ਼ਾਨ ਹੈਗਾ ਵਾ ਆਟੋ ਰਿਕਸ਼ਾ, ਉਹ ਅੰਮ੍ਰਿਤਸਰ ਤੋਂ ਆ ਤੇ ਮੈਂ ਜਲੰਧਰ ਤੋਂ ਆ। ਧੰਨਵਾਦ ਮੇਰੇ।